ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਮਨਜਿੰਦਰ ਸਿੰਘ ਰਾਏਪੁਰ, ਮੇਰੇ ਨਾਲ ਬਾਬਾ ਜੀ ਅਮਰਪਾਲ ਸਿੰਘ ਜੀ। ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਂਦੇ ਜੀ ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲੇ ਮਹਾਂਪੁਰਖਾਂ ਦੇ ਸੇਵਾਦਾਰ, ਉਹਨਾਂ ਦੇ ਚਰਨ ਸੇਵਕ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਨੇਕੀ ਵਾਲੇ, ਉਹਨਾਂ ਦੇ ਤਪ ਸਥਾਨ ਨੇਕੀ ਕੁਟੀਆ ਭਗੌੜਾ ਵਿਖੇ ਜੋ ਨਵੇਂ ਦਰਬਾਰ ਦੀ ਆਰੰਭਤਾ ਹੋਈ ਸੀ। ਨਵਾਂ ਦਰਬਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਵੀਂ ਉਸਾਰੀ ਹੋ ਰਹੀ ਹੈ। ਅੱਜ ਉਹਦਾ ਪਹਿਲਾ ਲੈਂਟਰ ਹੈ ਅਤੇ ਅੱਜ ਦੇ ਬਲੌਗ 'ਚ ਨਾਲੇ ਅਸਥਾਨ ਦੇ ਦਰਸ਼ਨ ਕਰਾਵਾਂਗੇ, ਨਾਲੇ ਉੱਥੇ ਦੀ ਚੱਲ ਰਹੀ ਸੇਵਾ ਦੇ ਦਰਸ਼ਨ ਕਰਾਵਾਂਗੇ। ਸੋ ਆਓ ਚੱਲਦੇ ਚੱਲਦੇ ਇੱਦਾਂ ਹੀ ਅੱਗੇ ਹੋਰ ਵੀ ਤੁਹਾਨੂੰ ਨਾਲ ਨਾਲ ਬੇਨਤੀਆਂ ਕਰਦੇ ਰਹਾਂਗੇ ਜੀ। ਮਾਹਲਪੁਰ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਰਸਤੇ ਜੀ ਸ਼ਹਿਰ ਆਉਂਦਾ ਜੀ ਮਾਹਲਪੁਰ, ਅਤੇ ਮਾਹਲਪੁਰ ਤੋਂ ਫਿਰ ਫਗਵਾੜਾ ਰੋਡ ਦੇ ਉੱਤੋਂ ਫਿਰ ਨਗਰ ਨੰਗਲ ਖੁਰਦ ਦੇ ਨਾਲ ਨਗਰ ਭਗੌੜਾ। ਸੰਗਰਾਂਦ ਦਾ ਦੀਵਾਨ ਵੀ ਪਿਛਲੇ ਕਈ ਸਾਲਾਂ ਤੋਂ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਅਤੇ ਸਦਕਾ ਇੱਥੇ ਸਾਡਾ ਸਲਾਨਾ ਹੀ ਸਮਾਗਮ ਵੀ ਦੋ ਅਤੇ ਹਰ ਸੰਗਰਾਂਦ ਦਾ ਪ੍ਰੋਗਰਾਮ ਵੀ ਇਸੇ ਅਸਥਾਨ 'ਤੇ ਹੁੰਦਾ। ਸੋ ਇਹ ਮਾਹਲਪੁਰ ਸ਼ਹਿਰ ਹੈ ਜੀ, ਜਿਸ ਸ਼ਹਿਰ ਦੇ ਵਿੱਚ ਦੀ ਆਪਾਂ ਲੰਘ ਰਹੇ ਜੀ। ਆਹ ਬਾਬਾ ਜੀ ਨੂੰ ਮੈਂ ਬੜੀ ਵਾਰੀ ਦੇਖਿਆ ਹੈ ਫਗਵਾੜੇ ਵੱਲ, ਕਈ ਵਾਰੀ ਜਾਈਦਾ ਸਮਾਗਮਾਂ 'ਤੇ, ਉੱਧਰ ਵੀ ਇੱਦਾਂ ਹੀ ਹੁੰਦੇ ਸਾਈਕਲਾਂ 'ਤੇ, ਅਤੇ ਅੱਜ ਵੀ ਸਾਈਕਲ 'ਤੇ ਹੀ ਇਹ ਯਾਤਰਾ ਕਰਦੇ ਲੱਗਦੇ ਮੈਨੂੰ। ਵਾਹਿਗੁਰੂ ਮਿਹਰ ਕਰਨ।
ਸੋ ਸੰਗਤ ਜੀ ਅੱਜ ਦੀ ਪਹਿਲੇ ਲੈਂਟਰ ਦੀ ਜਿਹੜੀ ਸੇਵਾ ਸੀ ਉਹ ਚੜ੍ਹਦੀ ਕਲਾ ਦੇ ਨਾਲ ਸਤਿਗੁਰਾਂ ਦੀ ਕਿਰਪਾ ਨਾਲ ਸੰਪੂਰਨ ਹੋ ਚੁੱਕੀ ਹੈ। ਇੱਥੇ ਹੀ ਮੈਂ ਤੁਹਾਨੂੰ ਜਿਹੜੇ ਸੰਗਤ ਨੂੰ ਬਲੌਗ ਦੇ ਰੂਪ 'ਚ ਦਰਸ਼ਨ ਕਰਾਏ ਇੰਨੀ ਕੁ ਹਾਜ਼ਰੀ ਲਾਇਓ, ਆਉਣ ਵਾਲੇ ਦਿਨਾਂ 'ਚ ਫਿਰ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਗੁਰ ਟੀ ਵੀ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ ਵੀਡੀਓ ਇਦਾਂ ਦੀਆਂ। ਅਸੀਸ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।